ਗੁਰੂ ਰਵਿਦਾਸ ਜੀ ਦਾ ਜਿਹੜਾ ਮੰਦਿਰ ਤੋੜਿਆ ਗਿਆ ਅਤੇ ਉਹਦੇ 'ਚ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ? ਉਹ 'ਚ ਅਸੀਂ ਤਾਂ ਇਸ ਗੱਲ ਦੇ ਬਿਲਕੁਲ ਵਿਰੁੱਧ ਹਾਂ ਕਿ ਇਸ ਤਰ੍ਹਾਂ ਇੱਕ ਇਤਿਹਾਸਿਕ ਮੰਦਿਰ ਜਿਹੜਾ ਕਿ 500 ਸਾਲ 600 ਸਾਲ ਪੁਰਾਣਾ ਹੈ ਉਹਨੂੰ ਤੁਸੀਂ ਤੋੜ ਰਹੇ ਹੋ, ਉਹਦਾ ਕੋਈ ਹੋਰ ਹੱਲ ਨਿਕਲ ਸਕਦਾ ਸੀ? DDA ਜਿਹੜੀ ਹੈ, ਦਿੱਲੀ ਡਿਵੈਲਪਮੈਂਟ ਅਥਾਰਟੀ, ਉਹ BJP ਦੇ ਅੰਡਰ ਹੈ, MCD ਵੀ BJP ਦੇ ਅੰਡਰ ਹੈ। ਸੋ ਅਸੀਂ ਤਾਂ ਸਾਥ ਦੇ ਰਹੇ ਹਾਂ ਉਹਨਾਂ ਲੋਕਾਂ ਦਾ ਜਿਹੜੇ ਇਸ ਗੱਲ ਦਾ, ਅਸੀਂ ਤਾਂ ਸੈਕੂਲਰ ਪਾਰਟੀ, ਸਾਡੀ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਤੇ ਬਾਕੀ ਮੈਂ ਇੰਨੀ ਕੁ ਬੇਨਤੀ ਕਰੂੰਗਾ ਕਿ ਹੜਤਾਲ ਕਰਨਾ, ਹੱਕ ਮੰਗਣਾ, ਧਰਨੇ ਲਾਉਣਾ, ਇਹ ਸਾਡਾ ਸੰਵਿਧਾਨਕ ਹੱਕ ਹੈ, ਪਰ ਹਿੰਸਾ ਜਾਂ ਆਮ ਲੋਕਾਂ ਨੂੰ ਤੰਗ ਨਾ ਕਰੇ। ਬਿਜਲੀ ਸਭ ਤੋਂ ਵੱਡਾ ਦੁੱਖ ਹੈ ਪੰਜਾਬ ਦਾ, ਅੱਜ ਬਿਜਲੀ ਸਭ ਤੋਂ ਵੱਡਾ ਦੁੱਖ ਹੈ। ਅਸੀਂ ਰੋਸ ਅੰਦੋਲਨ ਚੱਲ ਰਹੇ ਨੇ, ਮੈਂ ਵੀ ਜਗ੍ਹਾ ਜਗ੍ਹਾ ਜਾ ਰਿਹਾ, ਸੰਗਰੂਰ ਵੀ ਜਾ ਰਹੇ ਹਾਂ। ਤੋ ਪਤਾ ਨਹੀਂ ਕਿਉਂ ਕਿ ਇਹੋ ਜਿਹੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਇਹੋ ਜਿਹੇ ਸਮਝੌਤੇ ਕਰ ਗਏ ਕਿ ਸਾਨੂੰ 25-25 ਸਾਲ ਵਾਸਤੇ ਉਹ ਸਾਡੇ ਹੱਥ ਬੰਨ ਗਏ। ਉਹ ਹੁਣ ਬਾਂਹ ਮਰੋੜ ਕੇ ਪੈਸੇ ਮੰਗਦੇ ਆ, ਸਾਨੂੰ 250 ਕਰੋੜ ਦਿਓ ਜੀ, ਤੁਹਾਨੂੰ 1000 ਕਰੋੜ ਦਿਓ ਜੀ, ਮੀਟਰ ਚੱਲੇ ਨਾ ਚੱਲੇ ਉਹਨਾਂ ਨੂੰ ਪੈਸੇ ਦੇਣੇ ਹੀ ਪੈਣੇ ਨੇ। ਇਹ ਪਿਛਲੀ ਸਰਕਾਰ ਨੇ ਇਹ ਜਿਹੜਾ ਤੋਹਫਾ ਦਿੱਤਾ ਅਤੇ ਇਹਨਾਂ ਨੇ ਇਹ ਇਸ ਤੋਹਫੇ ਦਾ ਆਨੰਦ ਮਾਣ ਰਹੇ ਨੇ। ਸੋ ਇਹ ਸਾਰੇ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੇ ਜਿਹੜੇ ਐਗਰੀਮੈਂਟ ਕੀਤੇ ਹੋਣੇ ਰਿਵਿਊ ਹੋਣੇ ਚਾਹੀਦੇ ਨੇ ਅਤੇ ਰੱਦ ਹੋਣ ਕਰਕੇ ਲੋਕਾਂ ਨੂੰ ਬਿਜਲੀ ਤੋਂ ਰਾਹਤ ਮਿਲਣੀ ਚਾਹੀਦੀ। ਜਿਵੇਂ ਦਿੱਲੀ ਦੇ ਵਿੱਚ, ਹਾਲਾਂਕਿ ਦਿੱਲੀ ਬਿਜਲੀ ਬਣਾਉਂਦੀ ਨਹੀਂ, ਦਿੱਲੀ ਬਿਜਲੀ ਖਰੀਦਦੀ ਹੈ, ਅਤੇ ਦਿੱਲੀ ਦੇ ਵਿੱਚ ਜਿਹੜੀ ਹੈ 200 ਯੂਨਿਟ ਤੱਕ ਜਿਹੜਾ ਉਹ 1 ਰੁਪਈਆ ਯੂਨਿਟ ਤੱਕ, ਅਤੇ ਉਸ ਤੋਂ ਬਾਅਦ ਫਿਰ ਮਤਲਬ 2 ਰੁਪਈਏ, ਫਿਰ 3 ਰੁਪਈਏ। ਸੋ ਦਿੱਲੀ ਜਿਹੜੀ ਆ 90% ਦਿੱਲੀ ਜਿਹੜੀ ਆ 3 ਰੁਪਈਆਂ ਦੇ ਥੱਲੇ ਆ ਜਾਂਦੀ ਹੈ। ਇੱਥੇ 10.5 ਰੁਪਈਆਂ ਤੋਂ ਸ਼ੁਰੂ ਹੁੰਦਾ, ਔਰ ਇਹ ਵੀ ਨਹੀਂ ਪਤਾ ਕਿੰਨਾ ਬਿੱਲ ਆ ਰਿਹਾ। 35-35 ਹਜ਼ਾਰ ਦੇ ਬਿੱਲ ਆਏ ਨੇ, 1 ਬਲਬ 2 ਪੱਖੇ। ਗਰੀਬ ਬੰਦੇ ਨੇ 35 ਹਜ਼ਾਰ ਕਦੇ ਦੇਖਿਆ ਵੀ ਨਹੀਂ। ਰੇਹੜੀ ਸਬਜ਼ੀ ਦੀ ਰੇਹੜੀ ਲਾਉਂਦਾ 45 ਹਜ਼ਾਰ ਰੁਪਏ ਬਿੱਲ। ਮਤਲਬ ਜਿਹੜੀ ਇਹ ਬਿਜਲੀ ਨੂੰ ਵੇਚਤਾ ਜਿਹੜਾ ਇਹਨਾਂ ਨੇ ਨਾ ਪ੍ਰਾਈਵੇਟ ਹੱਥਾਂ 'ਚ, ਇਹ ਬਹੁਤ ਪੰਜਾਬ ਲਈ ਖਤਰਨਾਕ ਹੈ। ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਤੇ ਡਾਕੇ ਵੱਜ ਰਹੇ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਪਾਣੀ 'ਤੇ ਕੀ ਸਟੈਂਡ ਆ ਜੀ ਪਾਰਟੀ? ਪੰਜਾਬ ਦਾ ਪਾਣੀ ਤਾਂ ਪੰਜਾਬ ਕੋਲ ਪਾਣੀ ਹੈ ਨਹੀਂ, ਪੰਜਾਬ ਕੋਲ ਨਾ ਤਾਂ ਪੀਣ ਵਾਲਾ ਪਾਣੀ ਹੈ। ਧਰਤੀ ਦਾ ਪਾਣੀ ਸਾਡੇ ਮੇਰੇ ਆਪਣੇ ਪਿੰਡ 500 ਫੁੱਟ 'ਤੇ ਚਲਾ ਗਿਆ। ਮਤਲਬ ਹੁਣ ਬੋਰ ਲਾਉਣਾ ਕੋਈ ਛੋਟੇ ਮੋਟੀ ਗੱਲ ਨਹੀਂ, ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ। ਸੋ 500 ਫੁੱਟ 'ਤੇ ਪਾਣੀ ਚਲਾ ਗਿਆ, ਅਤੇ ਸਿੰਚਾਈ ਵਾਸਤੇ ਸਾਡੇ ਕੋਲ ਪਾਣੀ ਹੈ ਨਹੀਂ, ਪੀਣ ਵਾਲਾ ਪਾਣੀ ਸਾਡਾ ਪੋਲੂਟਡ ਹੋ ਗਿਆ, ਦਰਿਆ ਸਾਡੇ ਇਹਨਾਂ ਨੇ ਕਾਲੇ ਰੰਗ ਦੇ ਕਰਤੇ। ਸ਼ਹੀਦ ਕਰਨੈਲ ਸਿੰਘ ਈਸੜੂ ਕਾਲੇ ਪਾਣੀ ਦੇ ਵਿੱਚ ਉੱਥੇ ਲੜੇ, ਗੋਆ ਦੇ ਵਿੱਚ ਲੜੇ, ਅੱਜ ਸਾਨੂੰ ਕਾਲੇ ਪਾਣੀ ਸਾਡੇ ਘਰੇ ਮਿਲ ਰਹੇ ਨੇ, ਪਾਣੀ ਪੀਣ ਵਾਲਾ ਨਹੀਂ ਰਿਹਾ ਸਾਡੇ ਕੋਲ। ਹੋਰ ਸਾਡੇ ਕੋਲੋਂ ਪਾਣੀ ਹੋਰ ਕਿੱਥੋਂ ਪਾਲੋਂਗੇ? ਤੋ ਸਾਡੇ ਕੋਲ ਪਾਣੀ ਹੈ ਨਹੀਂ, ਅਸੀਂ ਕਿੱਥੋਂ ਦੇ ਦਈਏ? ਹੁਣ ਤਾਂ ਸਾਡੀਆਂ ਅੱਖਾਂ 'ਚੋਂ ਵੀ ਪਾਣੀ ਮੁੱਕ ਗਿਆ, ਸਾਡੇ ਤਾਂ ਰੋਜ਼ ਡਰੱਗ ਨਾਲ ਬੱਚੇ ਮਰਦੇ ਨੇ, ਰੋਜ਼ ਸਾਡੇ ਪੰਜਾਬ ਦੇ ਪੁੱਤ ਮਰ ਰਹੇ ਨੇ ਰੋ ਰੋ ਕੇ, ਸਾਡੇ ਤਾਂ ਅੱਖਾਂ 'ਚੋਂ ਵੀ ਪਾਣੀ ਖਤਮ ਹੋ ਗਿਆ। ਸੋ ਪੰਜਾਬ ਦਾ ਪਾਣੀ ਜਿਹੜਾ ਉਹ ਪੰਜਾਬ ਕੋਲ ਜਿੰਨਾ ਕੁ ਹੈਗਾ ਉਹਨੇ ਕਹਿੰਦਾ ਸਾਰਾ ਕਿਤੇ ਪਾਉਂਦਾ।